بسم الله الرحمن الرحيم شروع اللہ کے نام سے جو بڑا مہربان نہایت رحم والا ہے۔ میں اب آپ کی بھرپور توجہ میں دعوت دے رہا ہوں محترم جناب حافظ خلیل الرحمن افتخار صاحب کو کہ وہ آئیں اور نعت کلام پیش کریں۔ محترم جناب خلیل الرحمن افتخار صاحب۔ لوکاں لکھاں دات بنائے نے لوکاں لکھاں دات بنائے نے ساڈا داتا اے کلا خدا لوکاں لکھاں دات بنائے نے ਸਾਡਾ ਦਾਤਾ ਏ ਕੱਲਾ ਖੁਦਾ ਜਿਹਨੂੰ ਚਾਵੇ ਅੱਲਾ ਦੇਵੇ ਪੇਟ ਅਤਾ ਜਿਹਨੂੰ ਚਾਵੇ ਅੱਲਾ ਦੇਵੇ ਪੇਟ ਅਤਾ ਕਿਤੇ ਦੀਆਂ ਹੀ ਦੀਆਂ ਕਿਤੇ ਕੁਝ ਨਹੀਂ ਦਿੱਤਾ ਲੋਕੀ ਦਰ ਦਰ ਰੁਲਦੇ ਫਿਰਦੇ ਨੇ ਕਬਰਾਂ ਤੇ ਰਿੜਦੇ ਫਿਰਦੇ ਨੇ ਕੁਝ ਨਹੀਂ ਮਿਲਣਾ ਗੈਰਾਂ ਕੋਲੋਂ ਕੁਝ ਨਹੀਂ ਮਿਲਣਾ ਗੈਰਾਂ ਕੋਲੋਂ ਐਵੇਂ ਕਰਨਾ ਤੂੰ ਜ਼ਿੰਦਗੀ ਤਬਾਹ ਲੋਕਾਂ ਲੱਖਾਂ ਦਾਤੇ ਬਣਾਏ ਨੇ ਸਾਡਾ ਦਾਤਾ ਏ ਕੱਲਾ ਖੁਦਾ ਕੋਈ ਲਾਹੌਰ ਜਾਵੇ ਕੋਈ ਪਾਕ ਪਤਨ ਕੋਈ ਲਾਹੌਰ ਜਾਵੇ ਕੋਈ ਪਾਕ ਪਤਨ ਕੋਈ ਅਜਮੇਰੀ ਕੋਈ ਕੋਟ ਮਿਥਨ ਅਸਾਂ ਲੱਖਾਂ ਦਾਤੇ ਬਣਾਨੇ ਨਹੀਂ ਅਸਾਂ ਦਰ ਦਰ ਧੱਕੇ ਖਾਨੇ ਨਹੀਂ ਕੁਝ ਨਹੀਂ ਮਿਲਣਾ ਗੈਰਾਂ ਕੋਲੋਂ ਕੁਝ ਨਹੀਂ ਮਿਲਣਾ ਗੈਰਾਂ ਕੋਲੋਂ ਐਵੇਂ ਕਰਨਾ ਤੂੰ ਜ਼ਿੰਦਗੀ ਤਬਾਹ ਲੋਕਾਂ ਲੱਖਾਂ ਦਾਤੇ ਬਣਾਏ ਨੇ ਸਾਡਾ ਦਾਤਾ ਏ ਕੱਲਾ ਖੁਦਾ ਕੋਈ ਨਾਮ ਰੋਵੇ ਮੌਲਾ ਕਰੀਏ ਦੁਆ ਕੋਈ ਨਾਮ ਰੋਵੇ ਮੌਲਾ ਕਰੀਏ ਦੁਆ ਰੱਬਾ ਮਾਫ ਕਰੀ ਮੇਰੇ ਸਾਰੇ ਗੁਨਾਹ ਤੂੰ ਰਹੀਮ ਕਰੀਮ ਅਲੀਮ ਰੱਬਾ ਤੂੰ ਰਹੀਮ ਕਰੀਮ ਅਲੀਮ ਰੱਬਾ ਮੈਨੂੰ ਦੇਵੀ ਨਾ ਦਰ ਤੋਂ ਛੜਾ ਲੋਕਾਂ ਲੱਖਾਂ ਦਾਤੇ ਬਣਾਏ ਨੇ ਸਾਡਾ ਦਾਤਾ ਏ ਕੱਲਾ ਖੁਦਾ ਅਸਲਾਮੁਅਲੈਕੁਮ।